ਪੰਜਾਬ ਦੇ ਵਿੱਚ 2024 ਦੀਆਂ ਚੋਣਾਂ ਦਾ ਬਿਲਕੁਲ ਵੱਜ ਚੁੱਕਿਆ ਹੈ ਕਿਉਂਕਿ ਵੱਖ-ਵੱਖ ਸਿਆਸੀ ਤਰ੍ਹਾਂ ਦੇ ਵੱਲੋਂ ਸਿਆਸੀ ਕਨਵੈਨਸ਼ਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਇੱਕ ਪਾਸੇ ਆਮ ਆਦਮੀ ਪਾਰਟੀ ਕਨਵੈਨਸ਼ਨ ਕਰ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਪਹੁੰਚੇ ਨੇ ਪੰਜਾਬ ਦੇ ਮੁੱਖ ਮੰਤਰੀ ਪਹੁੰਚਣ ਦੇ ਦੂਜੇ ਪਾਸੇ ਕਾਂਗਰਸ ਦੇ ਕੌਮੀ ਪ੍ਰਧਾਨ ਪਹੁੰਚ ਰਹੇ ਨੇ ਮਾਲਕ ਅਰਚੁਨ ਖੜਗੇ ਕਾਂਗਰਸ ਦੇ ਵੱਲੋਂ ਵੀ ਪ੍ਰਬੰਧ ਬਹੁਤ ਵੱਡੇ ਪੱਧਰ ਤੇ ਕੀਤੇ ਗਏ ਨੇ ਕਲਬਤ ਕਰਾਂਗੇ ਕਿ ਆਖਰਕਾਰ ਇਹ ਸਾਰੇ ਦੇ ਵਿਚਕਾਰ ਕਿਸ ਤਰੀਕੇ ਦੇ ਨਾਲ ਕਾਂਗਰਸ ਨਵੀਂ ਪਾਲਿਸੀ ਦੇ ਅਧੀਨ ਚੱਲਣ ਲੱਗੀ ਹੈ ਜਾਂ ਫਿਰ ਪੰਜਾਬ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਨੂੰ ਸ਼ਕਤੀ ਪ੍ਰਦਰਸ਼ਨ ਕਰਕੇ ਵਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਲੋਂ ਸਾਹਿਬ ਮੌਜੂਦ ਨੇ ਕਲੋਂ ਸਾਹਿਬ ਹੁਣ ਸਵਾਲ ਹੀ ਹੋਣ ਲੱਗ ਗਏ ਕਹਿੰਦੇ ਕਿ ਸ਼ਕਤੀ ਪ੍ਰਦਰਸ਼ਨ ਆਦਾਰ ਪੰਜਾਬ ਤੋਂ ਬਾਹਰੋਂ ਭਾਈਵਾਲੋਂ ਪੰਜਾਬ ਚ ਇੱਕ ਦੂਜੇ ਨੂੰ ਸ਼ਕਤੀ ਪ੍ਰਦਰਸ਼ਨ ਵਿਖਾ ਰਹੇ ਹੋ ਨਹੀਂ ਬਿਲਕੁਲ ਕੋਈ ਸ਼ਕਤੀ ਪ੍ਰਦਰਸ਼ਨ ਵਾਲੀ ਗੱਲ ਨਹੀਂ ਹੈ ਗगन ਇਹ ਤੇ ਪੰਜਾਬ ਕਾਂਗਰਸ ਦੀ ਮੈਂ ਸਮਝਦਾ ਕਿ ਇੱਕ ਉਪਲਬਧੀ ਹੈ ਉਪਲਬਧੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਦੀ ਕਿ ਜਿਨ੍ਹਾਂ ਨੇ ਇੰਨੀ ਮਿਹਨਤ ਦੇ ਨਾਲ ਇੱਕ ਜਿਹੜੀ ਹੈ ਦੁਬਾਰਾ ਤੋਂ ਨੀ ਜਿਹੜੀ ਉਹ ਸਾਰੀ ਉਹਦੇ ਉੱਤੇ ਬਿਲਡਿੰਗ ਉਹ ਸਾਰੀ ਔਰ ਉਹਨੋਂ ਇੱਕ ਬਹੁਤ ਸ਼ਾਨਦਾਰ ਜਿਹੜੀ ਮੈਂ ਸਮਝਦਾ ਕਿ ਇੱਕ ਇੱਕ ਸਾਡੇ ਸਾਹਮਣੇ ਇੱਕ ਬਿਲਡਿੰਗ ਪੰਜਾਬ ਨੂੰ ਪੰਜਾਬ ਕਾਂਗਰਸ ਨੂੰ ਮਿਲਣ ਜਾ ਰਹੀ ਹੈ ਜਦੋਂ ਵਾਕ ਡੋਰ ਮਿਲੀ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਨੂੰ ਤੇ ਉਦੋਂ ਜਿਹੜੀ ਸੰਗਠਨ ਦੇ ਨਾਮ ਦੇ ਉੱਤੇ ਕੁਛ ਵੀ ਨਹੀਂ ਸੀ ਸਾਡੇ ਕੋਲ ਬੜਿੰਗ ਸਾਹਿਬ ਆਏ ਉਹਨਾਂ ਨੇ ਜ਼ਿਲ੍ਹੇ ਦੀਆਂ ਕਮੇਟੀਆਂ ਬਣਾਈਆਂ ਫਿਰ ਉਹਨਾਂ ਨੇ ਬਲਾਕ ਦੀਆਂ ਬਣਾਈਆਂ ਫਿਰ ਉਹਨ ਮੰਡਲਾਂ ਦੀਆਂ ਬਣਾਈਆਂ ਮੰਡਲ ਅਸੀਂ ਕੁਛ ਬੂਥਾਂ ਨੂੰ ਇਕੱਠੇ ਕਰਕੇ ਇੱਕ ਮੰਡਲ ਬਣਾ ਰਹੇ ਹਾਂ ਔਰ ਇਸ ਤੋਂ ਅਗਲਾ ਜਿਹੜਾ ਸਟੈਪ ਅਸੀਂ ਬੂਥ ਦੀਆਂ ਕਮੇਟੀਆਂ ਬਣਾਉਣ ਜਾ ਰਹੇ ਹਾਂ ਅੱਜ ਸਾਡੇ ਕੋਲ ਤਕਰੀਬਨ ਕੋਈ 25000 ਦੇ ਆਸ-ਪਾਸ ਜਿਹੜੇ ਸਾਡੇ ਆਫਿਸ ਬੇਰਰਸ ਦੀ ਸਾਡੇ ਕੋਲ ਜਿਹੜਾ ਉਹ ਰਿਕਾਰਡ ਆ ਗਿਆ ਔਰ ਇਹ ਸਾਰਾ ਐਕਚੁਅਲ ਰਿਕਾਰਡ ਹੈ ਐਕਚੁਅਲ ਰਿਕਾਰਡ ਹੈ ਤੁਸੀਂ ਇਹ 25000 ਦੇ ਵਿੱਚੋਂ ਕਿਸੇ ਨੰਬਰ ਰੈਂਡਮ ਨੰਬਰਾਂ ਦੇ ਉੱਤੇ ਕਾਲ ਕਰਕੇ ਜਾਂ ਉਹਨਾਂ ਨੂੰ ਮਿਲ ਕੇ ਜਾ ਕੇ ਚੈੱਕ ਕਰ ਸਕਦੇ ਹੋ ਵੀ ਤੁਹਾਨੂੰ ਕੀ ਜ਼ਿੰਮੇਵਾਰੀ ਮਿਲੀ ਹੈ। ਹੂੰ। ਇਹ ਇਹ ਬਿਲਕੁਲ ਵੀ ਇਹ ਕੋਈ ਐਵੇਂ ਡਾਟਾ ਨਕਲੀ ਡਾਟਾ ਨਹੀਂ ਅਸੀਂ ਚੈੱਕ ਕਰਦੇ ਇਹ ਬਿਲਕੁਲ ਸਾਡੀ ਐਕਚੁਅਲ ਜਿਹੜੀ ਹੈ ਉਹ ਰਿਪੋਰਟ ਹੈ। ਜਿੱਥੇ ਤੱਕ ਇਹ ਸ਼ਕਤੀ ਪ੍ਰਦਰਸ਼ਨ ਦੀ ਗੱਲ ਤੇ ਦੇਖੋ ਸ਼ਕਤੀ ਪ੍ਰਦਰਸ਼ਨ ਨਹੀਂ ਹੈ ਪਰ ਹਾਂ ਇਤਿਹਾਸਕ ਕਨਵੈਨਸ਼ਨ ਜ਼ਰੂਰ ਹੋਣ ਜਾ ਰਹੀ ਹੈ। ਇੱਕ ਇਤਿਹਾਸਕ ਵਰਕਰਾਂ ਦੀ ਮਿਲਣੀ ਹੋਣ ਜਾ ਰਹੀ ਹੈ, ਮਿਲਣੀ ਹੋਣ ਜਾ ਰਹੀ ਹੈ। ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਕਾਰਜਨ ਖੜਗੇਜੀ ਦੇ ਨਾਲ। ਹੂੰ। ਔਰ ਅਸੀਂ ਉਹਦੇ ਵਿੱਚ ਆਪਣੇ ਮੰਡਲਾਂ ਦੇ ਮੈਂਬਰ ਸਹਿਬਾਨ ਔਰ ਮੰਡਲਾਂ ਦੇ ਪ੍ਰਧਾਨ ਬਲੋਕਾਂ ਦੀ ਕਮੇਟੀ ਬਲੋਕਾਂ ਦੇ ਪ੍ਰਧਾਨ ਅਸੈਂਬਲੀਆਂ ਦੇ ਜਿਹੜੇ ਸਾਡੇ ਅਹੁਦੇਦਾਰ ਨੇ ਜ਼ਿਲ੍ਹਿਆਂ ਦੇ ਅਹੁਦੇਦਾਰ ਨੇ ਔਰ ਸੂਬੇ ਦੇ ਅਹੁਦੇਦਾਰ ਨੇ ਉਹ ਸਾਰੇ ਦੇ ਸਾਰੇ ਜਿਹੜੀ ਹੈ ਇਸ ਇਸ ਸੰਮੇਲਨ 'ਚ ਆ ਰਹੇ ਨੇ ਔਰ ਜਿਹਹਨ ਨੂੰ ਵੀ ਬੁਲਾ ਰਹੇ ਹਾਂ ਨਹੀਂ ਰੂਸਿਆ ਤੇ ਕੋਈ ਵੀ ਨਹੀਂ ਆ ਜੀ ਕੌਣ ਰੂਸਿਆ ਨਵਜੋਤ ਸਿੰਘ ਚੱਦੂ ਨਹੀਂ ਮੈਂ ਨਹੀਂ ਸਮਝਦਾ ਰੂਸੇ ਹੋਏ ਨੇ ਠੀਕ ਹੈ ਉਹਨਾਂ ਦੇ ਕੋਈ ਆਪਣਾ ਵਿਚਾਰ ਹੋ ਸਕਦਾ ਪਰ ਇਹ ਕਿਉਂਕਿ ਜਦੋਂ ਘਰ ਦੇ ਵਿੱਚ ਕੋਈ ਪਰੌਣਾ ਆਉਂਦਾ ਹੈ ਤੇ ਗगन ਅਸੀਂ ਕਿਸੇ ਨੂੰ ਅਸੀਂ ਪਰਿਵਾਰ ਦੇ ਜੀਆਂ ਨੂੰ ਇੱਕ ਦੂਜੇ ਨੂੰ ਸੱਦਾ ਨਹੀਂ ਦੇਣ ਜਾਂਦੇ ਕਿ ਆਓ ਉਹਨਾਂ ਦਾ ਸਵਾਗਤ ਕਰੀਏ ਸਾਡਾ ਫਰਜ਼ ਬਣਦਾ ਔਰ ਪੰਜਾਬੀ ਤੇ ਵੈਸੇ ਹੀ ਮਹਿਮਾਨ ਨਿਵਾਜ਼ੀ ਦੇ ਵਿੱਚ ਜਾਣੇ ਜਾਂਦੇ ਨੇ ਸੋ ਖੜਗੇ ਸਾਹਿਬ ਆ ਰਹੇ ਨੇ ਸਾਡੇ ਪ੍ਰਧਾਨ ਆ ਰਹੇ ਨੇ ਕੱਲੇ-ਕੱਲੇ ਵਰਕਰ ਦੇ ਵਿੱਚ ਜਿਹੜਾ ਜੋਸ਼ ਹੈ ਜਨੂਨ ਹੈ ਜਜ਼ਬਾ ਹੈ ਉਹਨਾਂ ਮਿਲਣ ਦਾ ਉਹ ਤੁਸੀਂ ਫੀਲਡ ਦੇ ਵਿੱਚ ਕੱਲ ਚੈੱਕ ਕਰ ਲੋਗੇ ਤੇ ਜਿਤ ਤੱਕ ਰਹੀ ਗੱਲ ਸਾਰੀ ਹੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਪੰਜਾਬ ਕਾਂਗਰਸ ਦੀ ਉਹ ਕੱਲ ਤੁਹਾਨੂੰ ਉਸ ਮੰਚ ਤੇ ਦੇਖੇਗੀ ਔਰ ਇੱਕ ਖੁੱਲਾ ਸੱਦਾ ਹੈ ਔਰ ਮੇਰਾ ਮੰਨਣਾ ਹੈ ਕਿ ਸਿੱਧੂ ਸਾਹਿਬ ਵੀ ਜ਼ਰੂਰ ਇਹਦੇ ਵਿੱਚ ਜਿਹੜਾ ਉਹ ਚਰਚਾਵਾ ਨੇ ਪੰਜਾਬ ਦੇ ਵਿੱਚ ਕੱਲ ਵੀ ਅਸੀਂ ਲਗਾਤਾਰ ਇਸ ਦੇ ਉੱਤੇ ਜ਼ਿਕਰ ਕਰ ਰਹੇ ਸੀ ਜਦੋਂ ਬੈਠੇ ਇਸ ਪੱਤਰਕਾਰਾਂ ਚ ਇਸ ਚੀਜ਼ ਦਾ ਜ਼ਿਕਰ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਨਾ ਪਹੁੰਚਿਆ ਤੇ ਵੱਡੀ ਖਬਰ ਹੋਏਗੀ ਕਾਂਗਰਸ ਦੇ ਪੱਖ ਤੋਂ ਕਿ ਕਾਂਗਰਸ ਦੇ ਵਿੱਚ ਸਾਰਾ ਕੁਝ ਹਾਈ ਕਮਾਂਡ ਵੀ ਠੀਕ ਨਹੀਂ ਕਰਾ ਸਕੀ ਕਿਉਂਕਿ ਹਾਈ ਕਮਾਂਡ ਦਾ ਸਭ ਤੋਂ ਵੱਡਾ ਅਹੁਦੇਦਾਰ ਪਹੁੰਚ ਰਿਹਾ ਹੈ ਜੇਕਰ ਉਸ ਦੀ ਆਈਟ ਵੀ ਹਾਈ ਕਮਾਂਡ ਸਟੇਜ ਦੇ ਉੱਤੇ ਇਕੱਠੀ ਨਹੀਂ ਹੁੰਦੀ ਹਾਈ ਕਮਾਂਡ ਦੇ ਸਾਹਮਣੇ ਇਕੱਠੇ ਨਹੀਂ ਹੁੰਦੇ ਤਾਂ ਪੰਜਾਬ ਦਾ ਕਲੇਸ਼ ਕਿਤੇ ਨਾ ਕਿਤੇ ਆਉਣ ਵਾਲੇ ਦਿਨ ਚ ਜਗ ਜਾਪਤਾ ਹੋਣਾ ਬਹੁਤ ਜ਼ਰੂਰੀ ਹੈ ਹਮ ਔਰ ਜਿਹੜਾ ਸੰਗਠਨ ਦਾ ਵਿਅਕਤੀ ਹੋਏਗਾ ਉਹ ਜਾਪਤੇ ਦੇ ਵਿੱਚ ਰਹਿ ਕੇ ਹੀ ਗੱਲ ਕਰੇਗਾ ਔਰ ਜਾਪਤੇ ਦੇ ਵਿੱਚ ਰਹਿ ਕੇ ਹੀ ਕੰਮ ਕਰੇਗਾ ਹਮ ਔਰ ਮੈਨੂੰ ਹੈ ਮਨ ਮੇਰਾ ਇਹ ਮੰਨਣਾ ਹੈ ਕਿ ਕੱਲ ਜਦੋਂ ਪ੍ਰਧਾਨ ਸਾਹਿਬ ਆਉਣਗੇ 올 ਇੰਡੀਆ ਕਾਂਗਰਸ ਕਮੇਟੀ ਤੇ ਔਰ ਉੱਥੇ ਸਾਰੇ ਜਣੇ ਮੌਜੂਦ ਰਹਿਣਗੇ ਔਰ ਉਹਦੇ ਵਿੱਚ ਹੋ ਸਕਦਾ ਹੈ ਕਿ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਵੀ ਜ਼ਰੂਰ ਆਉਣ ਨਹੀਂ ਆਉਣਗੇ ਤੇ ਇਹ ਉਹਨਾਂ ਦਾ ਨਿੱਜੀ ਫੈਸਲਾ ਹੋਏਗਾ ਉਹਦੇ ਤੇ ਤੇ ਉਹਨਾਂ ਤੋਂ ਹੀ ਸਵਾਲ ਕੀਤਾ ਜਾ ਸਕਦਾ ਹੈ ਉਹ ਤੇ ਉਹਦੇ ਤੇ ਕੋਈ ਵੀ ਹੋਰ ਟਿੱਪਣੀ ਨਹੀਂ ਕਰ ਸਕਦਾ ਸਿਵਾਏ ਉਹਨਾਂ ਦੇ ਪਰ ਅੱਜ ਜਿਸ ਤਰੀਕੇ ਦੇ ਨਾਲ ਖੰਨੇ ਦੇ ਹਾਲਾਤ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਇੱਕ ਵੱਡੀ ਰੈਲੀ ਕਰ ਰਹੇ ਨੇ ਤੁਹਾਡੀ ਰੈਲੀ ਤੋਂ ਕੁਝ ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿਹੜੀ ਤੁਸੀਂ ਕਰਨ ਜਾ ਰਹੇ ਹੋ ਉੱਥੇ ਅੱਜ ਕਰਫਿਊ ਵਰਗੇ ਹਾਲਾਤ ਨੇ ਖੰਨੇ ਦੇ ਵਿੱਚ ਸਵੇਰ ਤੋਂ ਕਹਿੰਦੇ 8 ਵਜੇ ਤੋਂ ਬਾਅਦ ਜਿਹੜੀ ਆਕਾਰਾਂ ਦੀ ਐਂਟਰੀ ਆਮ ਜਨਤਾ ਦੀ ਐਂਟਰੀ ਉੱਥੇ ਬੰਦ ਕਰ ਦਿੱਤੀ ਗਈ ਸੀ ਵੱਡੇ ਪੱਧਰ ਤੇ ਉੱਤੇ ਸਰਕਾਰੀ ਬੱਸਾਂ ਸਰਕਾਰੀ ਅਮਲਾਜ਼ਮਾ ਪਹੁੰਚਣਾ ਸ਼ੁਰੂ ਹੋ ਚੁੱਕਿਆ ਸੀ ਕੱਲੂ ਤੁਹਾਡੇ ਲਈ ਵੀ ਇਸੇ ਤਰ੍ਹਾਂ ਦੇ ਪ੍ਰਬੰਧ ਕੀ ਜਾ ਚੁਕੇ ਨੂੰ ਦੇਖੋ ਸਾਡੇ ਤੇ ਆ ਵਰਕਰ ਮਿਲਣੀ ਅਸੀਂ ਕਹਿੰਦੇ ਨਹੀਂ ਪਰ ਅਸੀਂ ਆਮ ਆਦਮੀ ਆ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਸੀ ਅੱਜ ਕੱਲੋ ਜਿੱਥੋਂ ਦੀ ਨੰਗਦੇ ਨੇ ਉਥੇ ਕਰਫਿਊ ਲਵਾ ਦਿੰਦੇ ਨੇ ਇਹ ਤੁਹਾਡੇ ਹੀ ਚੈਨਲਾਂ ਦੇ ਮਾਧਿਅਮ ਰਾਹੀਂ ਅਸੀਂ ਵੇਖਦੇ ਆ ਰਹੇ ਹਾਂ ਜੇ ਕੋਈ ਐਮ ਐਲ ਏ ਵੀ ਪਿੰਡ ਦੇ ਵਿੱਚ ਕਿਸੇ ਕਿਸੇ ਚੀਜ਼ ਦਾ ਉਦਘਾਟਨ ਕਰਨ ਜਾਂਦਾ ਤੇ ਸਭ ਤੋਂ ਪਹਿਲਾਂ ਪਿੰਡ ਦੇ ਲੋਕਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਇਹ ਕੱਲ ਪਰਸੋਂ ਦੀ ਖਬਰ ਸੀ ਸੰਗਰੂਰ ਦੀ ਖਬਰ ਸੀ ਸਾਡੇ ਲਈ ਐਸਾ ਕੋਈ ਵੀ ਅਸੀਂ ਤਾਂ ਕੁਝ ਨਹੀਂ ਕਹਿੰਦੇ ਅਸੀਂ ਤਾਂ ਸਿਰਫ ਇਹ ਕਹਿਨੇ ਆ ਕਿ ਸਾਡੇ ਜਿਹੜੇ ਆ ਰਹੇ ਜਿਹੜੇ ਸਾਡੇ ਵਰਕਰ ਆ ਰਹੇ ਨੇ ਉਹਨਾਂ ਨੂੰ ਜਿਹੜਾ ਨਿਰਵਿਘਨ ਜਿਹੜਾ ਉਹਨਾਂ ਨੂੰ ਆਉਣ ਦਿੱਤਾ ਜਾਵੇ ਸਾਨੂੰ ਸਾਨੂੰ ਕਰਫਿਊ ਦੀ ਲੋੜ ਨਹੀਂ ਸਾਨੂੰ ਕਿਸੇ ਤੋਂ ਖਤਰਾ ਨਹੀਂ ਸਾਨੂੰ ਕਿਸੇ ਤੋਂ ਖਤਰਾ ਨਹੀਂ ਇੱਥੇ ਜਿਹੜੇ ਲੋਕ ਆ ਰਹੇ ਨੇ ਉਹ ਪੰਜਾਬ ਦੇ ਬਿਛਿੰਦੇ ਰਿਹਾ ਆ ਰਹੇ ਨੇ ਔਰ ਪੰਜਾਬ ਦੇ ਹੀ ਸਾਰੇ ਉੱਥੇ ਲੋਕ ਇਕੱਠੇ ਹੋਣਗੇ ਸਾਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਨਾ ਕੋਈ ਕਰਫਿਊ ਵਰਗੀ ਪੋਜੀਸ਼ਨ ਦੀ ਹਾਲਾਤਾਂ ਦੀ ਸਾਨੂੰ ਲੋੜ ਹੈ ਨਾ ਹੀ ਕੋਈ ਸਾਡੇ ਰਾਹ ਰਸਤੇ ਰੋਕਣ ਦੀ ਲੋੜ ਹੈ ਇੱਕ ਅਸੀਂ ਆਪਣੀ ਵਰਕਰ ਕਨਵੈਨਸ਼ਨ ਲਈ ਆ ਰਹੇ ਹਾਂ ਹਾਂ ਉਹ ਜ਼ਰੂਰ ਸ਼ਕਤੀ ਪ੍ਰਦਰਸ਼ਨ ਕਰ ਰਹੇ ਹੋਣਗੇ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ ਰੋਡਵੇਜ ਦੀਆਂ ਬੱਸਾਂ 7 700000 12000 ਬੱਸਾਂ ਜਿਹੜੀਆਂ ਨੇ ਉਹ ਲਾ ਦਿੱਤੀਆਂ ਜਾਂਦੀਆਂ ਨੇ ਪਾਰਟੀ ਦੇ ਸਰਕਾਰ ਦੇ ਪ੍ਰੋਗਰਾਮ ਸਰਕਾਰ ਦੇ ਪ੍ਰੋਗਰਾਮਾਂ ਦੇ ਵਿੱਚ ਜਾਂ ਪਾਰਟੀ ਦੇ ਪ੍ਰੋਗਰਾਮਾਂ ਦੇ ਵਿੱਚ ਇਹ ਕਿੱਥੋਂ ਤੱਕ ਜਾਇਜ਼ ਹੈ ਜਾਏ ਉਹ ਇਹਨਾਂ ਦੀ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੀ ਜਦੋਂ ਕੰਮ ਕੀਤਾ ਸੀ ਇਹਨਾਂ ਨੇ ਉਦੋਂ ਤੋਂ ਲੈ ਕੇ ਅੱਜ ਤੱਕ ਗਗਨਜੀ ਰਿਕਾਰਡ ਕੱਟ ਕੇ ਵੇਖ ਲੋ ਕਿ ਕਿੰਨੀ ਵਾਰ ਜਿਹੜਾ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਹੋਇਆ ਹੈ ਕੀ ਇਹ ਪੰਜਾਬ ਦੇ ਲੋਕਾਂ ਦੀ ਦੇ ਨਾਲ ਧੱਕਾ ਨਹੀਂ ਆਇਆ ਨਹੀਂ ਕੀ ਕਿਹਾ ਜਾਂਦਾ ਸੀਗਾ ਆ ਅਸੀਂ ਆਮ ਲੋਕਾਂ ਅਸੀਂ ਆਮ ਲੋਕਾਂ ਨੂੰ ਜਿਹੜਾ ਉਹਨਾਂ ਦੇ ਵਿੱਚੋਂ ਨਿਕਲ ਕੇ ਆਏ ਆ ਮੈਂ ਪੰਜਾਬ ਦਾ ਪੁੱਤ ਆ ਮੈਂ ਪੰਜਾਬ ਦੀ ਗੱਲ ਕਰੂੰਗਾ ਪੰਜਾਬੀਆਂ ਦੀ ਦੁੱਖ ਤਕਲੀਫ ਦਰਦ ਮੇਰੇ ਅੰਦਰ ਹੈ ਤੇ ਫਿਰ ਪੈਸੇ ਦੀ ਇੰਨੀ ਬਰਬਾਦੀ ਕਿਉਂ ਕਰਜ਼ੇ ਇਸੇ ਲਈ ਚੁੱਕੇ ਜਾ ਰਹੇ ਨੇ ਹੁਣ 70 ਹਜ਼ਾਰ ਕਰੋੜ ਦਾ ਕਰਜ਼ਾ ਦੋ ਸਾਲਾਂ ਦੇ ਵਿੱਚ ਚੁੱਕ ਲਿਆ ਸਿਰਫ ਇੰਨਾ ਚੀਜ਼ਾਂ ਲਈ ਚਲੋ ਤੁਸੀਂ ਲੈ ਆ ਵੀ ਗਏ ਸਰਕਾਰੀ ਬੱਸਾਂ ਉਹਨਾਂ ਦਾ ਪੈਸੇ ਤੇ ਦੇ ਦਿਓ ਔਰੇ ਪਾਰਟੀਆਂ ਦੇ ਪ੍ਰੋਗਰਾਮ ਨੇ ਜੇਕਰ ਇਹ ਪਾਰਟੀ ਦਾ ਪ੍ਰੋਗਰਾਮ ਹੈ ਤੇ ਇਸ ਪਾਰਟੀ ਦੇ ਪ੍ਰੋਗਰਾਮ ਦੇ ਜਿਹੜੇ ਪੈਸੇ ਨੇ ਉਹ ਆਮ ਆਦਮੀ ਪਾਰਟੀ ਦੇ ਦੇਣ ਦਾ ਰਹਿਦੀ ਅਸੀਂ ਸਰਕਾਰ ਦੇ ਖਜ਼ਾਨੇ 'ਚ ਰੁਪਈਆ ਨਹੀਂ ਦੇਣ ਦਿਆਂਗੇ ਇਹ ਆ ਆ ਮਾਦਮੀ ਪਾਰਟੀ ਦੇ ਆਪਣੇ ਖਜ਼ਾਨੇ ਦੇ ਆਪਣੇ ਆਪਣੇ ਫੰਡਾਂ ਦੇ ਵਿੱਚੋਂ ਫੰਡੇ ਰਿਲੀਜ਼ ਕਰੇ ਅਸੀਂ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਇਹ ਪੈਸੇ ਰਿਲੀਜ਼ ਨਹੀਂ ਹੋਣ ਦੇਣਗੇ